ਹਾਂਜੀ ਟੀਮ ਨੰਬਰ 2 ਧਰਤੀ ਉੱਪਰ ਪਾਣੀ ਕਿੰਨੇ ਪ੍ਰਤੀਸ਼ਤ ਹੈ? 71%. ਠੀਕ ਹੈ ਸਵਾਲ। ਹਾਂਜੀ ਟੀਮ ਸੀ ਦਾ ਸਵਾਲ ਹੈ, ਪਾਣੀ ਦੀਆਂ 3 ਅਵਸਥਾਵਾਂ ਦੇ ਨਾਮ ਦੱਸੋ। ਠੋਸ, ਤਰਲ ਅਤੇ ਗੈਸ। ਹਾਂਜੀ ਟੀਮ ਏ ਦਾ ਸਵਾਲ, ਪਾਣੀ ਦਾ ਪੀ ਐੱਚ ਲੈਵਲ ਕਿੰਨਾ ਹੁੰਦਾ? ਪਾਣੀ ਦਾ ਪੀ ਐੱਚ ਕਿੰਨਾ ਹੁੰਦਾ? ਪੀ ਐੱਚ ਬਾਰੇ ਪੜ੍ਹਿਆ ਨਾ ਅਸੀਂ, ਪੀ ਐੱਚ 7 ਤੋਂ ਘੱਟ ਹੋਵੇ ਤਾਂ ਪੀ ਐੱਚ ਐਸਿਡਿਕ ਹੈਗਾ, ਉਹ ਜੇ 7 ਹੋਵੇ ਤਾਂ ਨਿਊਟਰਲ ਹੈ ਜਾਂ ਉਦਾਸੀਨ ਹੈ, ਜੇ 7 ਤੋਂ ਵੱਧ ਹੈ ਤਾਂ ਉਹ ਖਾਰ ਹੈ। ਪਾਣੀ ਦੀ ਪੀ ਐੱਚ 1 ਤੋਂ ਲੈ ਕੇ 10 ਦੇ ਵਿੱਚ ਵਿੱਚ ਪਾਣੀ ਦੀ ਪੀ ਐੱਚ ਕਿੰਨੀ ਹੈ? 7। ਸ਼ਾਬਾਸ਼, 1 ਨੰਬਰ। ਹਾਂਜੀ ਟੀਮ ਬੀ ਦਾ ਆਪਦਾ ਸਵਾਲ, ਪੌਦਿਆਂ ਦੇ ਪੱਤਿਆਂ ਵਿੱਚੋਂ ਜਿਹੜਾ ਪਾਣੀ ਉੱਡ ਜਾਂਦਾ ਹੈ ਉਸ ਕਿਰਿਆ ਨੂੰ ਕੀ ਕਿਹਾ ਜਾਂਦਾ? ਵਾਸ਼ਪੀਕਰਨ। ਠੀਕ ਹੈ। ਹਾਂਜੀ ਕੁਦਰਤ ਦੇ ਵਿੱਚ ਪਾਣੀ ਵਾਰ ਵਾਰ ਆਉਂਦਾ ਰਹਿੰਦਾ, ਠੀਕ ਹੈ, ਪੱਤਿਆਂ ਤੋਂ ਵਾਸ਼ਪੀਕਰਨ ਹੁੰਦਾ ਹੈਗਾ ਜਾਂ ਜਿਹੜੇ ਆਪਾਂ ਕੱਪੜੇ ਸੁੱਕਣੇ ਪਾਉਣੇ ਉਹਨਾਂ ਤੋਂ ਪਾਣੀ ਉੱਡਦਾ ਹੈਗਾ, ਤਾਂ ਇਹ ਜਿਹੜਾ ਚੱਕਰ ਚੱਲਦਾ ਰਹਿੰਦਾ ਹੈਗਾ ਉਸ ਚੱਕਰ ਨੂੰ ਕੀ ਕਿਹਾ ਜਾਂਦਾ? ਜਲ ਚੱਕਰ। ਠੀਕ ਹੈ। ਟੀਮ ਏ ਦਾ ਪਾਸ ਹੋਇਆ ਸਵਾਲ ਟੀਮ ਬੀ ਕੋਲੇ, ਸ਼ਾਬਾਸ਼, ਧਰਤੀ ਹੇਠਲਾ ਪਾਣੀ। ਹਾਂਜੀ ਟੀਮ ਬੀ ਦਾ ਆਪਦਾ ਸਵਾਲ ਹੈ, ਪੌਦੇ ਦੀਆਂ ਜੜ੍ਹਾਂ ਤੋਂ ਲੈ ਕੇ ਪੌਦੇ ਦੇ ਪੱਤਿਆਂ ਤੱਕ ਜਿਹੜਾ ਪਾਣੀ ਜਾਂਦਾ ਹੈਗਾ ਉਹ ਕਿੰਨਾ ਰਾਹੀਂ ਜਾਂਦਾ? ਪੌਦੇ ਦੀਆਂ ਜੜ੍ਹਾਂ ਤੋਂ ਪੌਦੇ ਦੇ ਪੱਤੇ ਤੱਕ ਪਾਣੀ ਕੌਣ ਲੈ ਕੇ ਜਾਂਦਾ? ਜਿਹਦੇ ਰਾਹੀਂ ਪਾਣੀ ਹੈ ਜਿਹੜਾ ਪੌਦੇ ਦੇ ਜੜ੍ਹਾਂ ਤੋਂ ਪੌਦੇ ਦੇ ਪੱਤਿਆਂ ਤੱਕ ਜਾਂਦਾ? ਹਾਂਜੀ ਦੱਸੋ ਟੀਮ ਬੀ, ਪੌਦੇ ਦੀਆਂ ਜੜ੍ਹਾਂ ਤੋਂ ਪੌਦੇ ਦੇ ਪੱਤੇ ਤੱਕ ਪਾਣੀ ਕਿਵੇਂ? ਨਾਮ ਦੱਸੋ, ਸਪੈਸ਼ਲ ਨਾਮ ਦੱਸੋ। ਹਾਂਜੀ ਇਹ ਕੁਐਸਚਨ ਪਾਸ ਹੁੰਦਾ ਟੀਮ ਸੀ ਨੂੰ, ਪੌਦੇ ਦੀਆਂ ਜੜ੍ਹਾਂ ਤੋਂ ਪੌਦੇ ਦੇ ਪੱਤਿਆਂ ਤੱਕ ਪਾਣੀ ਕਿਵੇਂ ਪਹੁੰਚਦਾ? ਕਿਸ ਚੀਜ਼ ਰਾਹੀਂ ਪੌਦੇ ਦੀਆਂ ਜੜ੍ਹਾਂ ਤੋਂ ਪਾਣੀ ਪੌਦੇ ਦੇ ਪੱਤਿਆਂ ਤੱਕ ਜਾਂਦਾ? ਨਾਮ ਦੱਸੋ ਕੋਈ ਤਲੇ ਦਾ, ਉਹ ਟਿਸ਼ੂ ਦਾ ਨਾਮ ਦੱਸੋ। ਨਹੀਂ ਟੀਮ ਏ, ਤੁਹਾਡਾ ਸਵਾਲ ਸੀਗਾ ਬੱਚੇ, ਟੀਮ ਬੀ ਦਾ ਸਵਾਲ ਸੀ। ਟੀਮ ਏ ਪਾਸ ਕੁਐਸਚਨ, ਉਹ ਕਿਹੜਾ ਟਿਸ਼ੂ ਦੱਸੋ, ਟਿਸ਼ੂ ਦਾ ਨਾਮ ਦੱਸੋ ਕਿਹੜਾ ਗਾ ਜਿਹੜਾ ਪੌਦੇ ਦੀਆਂ ਜੜ੍ਹਾਂ ਤੋਂ ਪੌਦੇ ਦੇ ਪੱਤਿਆਂ ਤੱਕ ਪਾਣੀ ਲੈ ਕੇ ਜਾਂਦਾ? ਟਿਸ਼ੂ ਪੁੱਛੋ, ਸਾਰਿਆਂ ਦਾ ਹੋ ਗਿਆ। ਹਾਂਜੀ ਉਹ ਕਿਹੜਾ ਟਿਸ਼ੂ ਹੈ? ਜ਼ਾਇਲਮ ਟਿਸ਼ੂ, ਬਹੁਤ ਵਾਰੀ ਪੜ੍ਹਾਇਆ ਤੁਹਾਨੂੰ, ਜ਼ਾਇਲਮ ਟਿਸ਼ੂ ਹੈਗਾ ਜਿਹੜਾ ਉਹ ਪੌਦੇ ਦੀਆਂ ਜੜ੍ਹਾਂ ਤੋਂ ਪੌਦੇ ਦੇ ਪੱਤੇ ਤੱਕ ਪਾਣੀ ਲੈ ਕੇ ਜਾਂਦਾ ਹੈ। ਅਤੇ ਭੋਜਨ ਕਿਹੜਾ ਟਿਸ਼ੂ ਲੈ ਕੇ ਜਾਂਦਾ ਹੈ? ਫਲੋਇਮ ਟਿਸ਼ੂ।